ਸੱਚੀ ਗੱਲ ਦੋਸਤੋ ਆਪਾਂ ਹਮੇਸ਼ਾ ਤੁਹਾਨੂੰ ਹਸਾਣ ਦੀ ਕੋਸ਼ਿਸ਼ ਕਰਦੇ ਆਂ ਅੱਜ ਤੁਹਾਨੂੰ ਕੋਈ ਸਮਝਾਣ ਦੀ ਕੋਸ਼ਿਸ਼ ਕਰਾਂਗੇ ਦੋ ਆਂਡੀ ਦੇ ਗਵਾਂਡੀ ਸੀ ਇੱਕ ਫਕੀਰ ਚੰਦ ਤੇ ਅਮੀਰ ਚੰਦ ਅਮੀਰ ਚੰਦ ਕੋਲ ਕਾਰ ਸੀ ਫਕੀਰ ਚੰਦ ਕੋਲ ਸਕੂਟਰ ਸੀ ਜਦੋਂ ਵੀ ਸਕੂਟਰ ਆਪਣਾ ਕੱਢਦਾ ਸੀ ਫਕੀਰ ਚੰਦ ਤੇ ਹਮੇਸ਼ਾ ਕਹਿੰਦਾ ਅਮੀਰ ਚੰਦ ਆ ਮੇਰਾ ਟਾਈਮ ਵੀ ਆਏਗਾ ਥੋੜਾ ਸਮਾਂ ਬੀਤਿਆ ਫਕੀਰ ਚੰਦ ਵਿਚਾਰਾ ਕਲਰ ਕਰ ਗਿਆ ਅਮੀਰ ਚੰਦ ਦੀ ਪ੍ਰਮੋਸ਼ਨ ਹੋ ਗਈ ਉਸ ਦਿਨ ਵੀ ਉਹਨੇ ਆਪਣੇ ਮਨ ਚ ਇਹੀ ਗੱਲ ਕਹੀ ਕੋਈ ਗੱਲ ਨਹੀਂ ਕਾਕਾ ਮੇਰਾ ਟਾਈਮ ਵੀ ਆਏਗਾ ਬੱਚੇ ਵੱਡੇ ਹੋ ਗਏ ਪਲੱਸ 2 'ਚ ਹੋ ਗਏ ਅਮੀਰ ਚੰਦ ਦੇ ਬੱਚੇ ਦੇ 70% ਨੰਬਰ ਆ ਗਏ ਤੇ ਫਕੀਰ ਚੰਦ ਦੇ ਬੱਚੇ ਦੇ ਸਿਰਫ 50% ਨੰਬਰ ਫੇਰ ਕੋਈ ਗੱਲ ਨਹੀਂ ਕਾਕਾ ਸਾਡਾ ਟਾਈਮ ਆਏਗਾ ਫਕੀਰ ਚੰਦ ਦੀ ਛਾਤੀ 'ਚ ਦਰਦ ਹੋਈ ਅਮੀਰ ਚੰਦ ਨੂੰ ਹਸਪੀਟਲ ਲੈ ਗਿਆ ਜਦੋਂ ਉਹਨੇ ਚੈੱਕਅਪ ਕੀਤਾ ਤੇ ਉਹਨੇ ਡਾਕਟਰ ਨੂੰ ਪੁੱਛਿਆ ਕਿ ਫਕੀਰ ਚੰਦ ਦਾ ਕੀ ਹਾਲ ਹੈ ਡਾਕਟਰ ਨੇ ਕਿਹਾ ਦਾ ਟਾਈਮ ਆ ਗਿਆ ਸੋ ਦੋਸਤੋ ਕਦੀ ਉਮੀਰ ਬੰਦੇ ਨੂੰ ਦੇਖ ਕੇ ਸੜੋ ਨਾ ਆਪਣੇ ਤੋਂ ਥੱਲੇ ਨੂੰ ਦੇਖੋ ਪਰਮਾਤਮਾ ਦੀ ਰਜਾ ਚ ਰਹੋ ਜਿੰਨਾ ਵੀ ਸਾਨੂੰ ਸਮਾਂ ਮਿਲਿਆ ਉਹਨੂੰ ਹੱਸ ਕੇ ਗੁਜ਼ਾਰੀਏ